ਇੱਕ ਸਾਲ ਹੋ ਗਿਆ ਭਗਵੰਤ ਸਿੰਘ ਬੇਈਮਾਨ ਦੀ ਸਰਕਾਰ ਨੂੰ ਬਣੇ। ਮੈਂ ਕਹਿ ਸਕਦਾ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਾੜਾ ਸਾਲ ਨਿਕਲਿਆ। ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਨਾ ਲੋ ਹੈ ਨਾ ਔਡਰ ਹੈ। ਮੈਂ ਅੱਜ ਲੁਧਿਆਣੇ ਆਇਆ ਤਾਂ ਮੈਨੂੰ ਬਹੁਤ ਇੰਡਸਟਰੀਅਲਿਸਟ ਮਿਲੇ ਆ, ਵਪਾਰੀ ਮਿਲੇ ਆ, ਜਿਹੜੇ ਕਹਿ ਰਹੇ ਆ ਸਾਨੂੰ ਇੱਥੇ ਰਹਿਣ ਵਾਸਤੇ ਬਹੁਤ ਔਖਾ ਲੱਗ ਰਿਹਾ। ਸਾਰੇ ਪਲੈਨ ਬਣਾ ਰਹੇ ਆ, ਕੋਈ ਯੂਪੀ ਜਾਣ ਵਾਸਤੇ, ਕੋਈ ਹਰਿਆਣੇ ਜਾਣ ਵਾਸਤੇ, ਕੋਈ ਹਿਮਾਚਲ ਜਾਣ ਵਾਸਤੇ, ਕੋਈ ਜੰਮੂ ਜਾਣ ਵਾਸਤੇ। ਜੇ ਇਹ ਜੀ ਹਾਲਾਤ ਰਹੀ ਤਾਂ ਪੰਜਾਬ ਦੀ ਇਕੋਨਮੀ ਕ੍ਰੈਸ਼ ਕਰ ਜੂਗੀ। ਜਿਹੜੀ ਆ ਸਰਕਾਰ ਹੈ ਆਪਣੀ ਜ਼ਿੰਮੇਵਾਰੀ ਸੰਭਾਲ ਨਹੀਂ ਰਹੀ। ਅੱਜ ਗੁੰਡਾਗਰਦੀ ਦਾ ਰਾਜ ਹੋਣ ਕਰਕੇ ਲੋਕ ਇੱਥੇ ਰਹਿਣ ਨੂੰ ਤਿਆਰ ਨਹੀਂ ਹੈ। ਸੋ ਮੈਂ ਚੀਫ ਮਿਨਿਸਟਰ ਨੂੰ ਬੇਨਤੀ ਕਰਦਾ ਸਾਰੇ ਕੰਮ ਛੱਡ ਕੇ ਪਹਿਲੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਲੋਅ ਐਂਡ ਆਰਡਰ ਕ੍ਰੀਏਟ ਕਰਨਾ।